हाँ जी हाँ जी हारमोन लै भी हारमोन मतलब काम नू तेरे नू मुबारक सुने काम पहला नो अपडेट बहुत बढ़िया हो। हाँ जी हाँ जी हाँ जी बई एक तुसी गल ना तुसी मेरे कहने तो बिना ही समझ गए होवोगे कि मैं किहड़ी चीज़ की एडवरटाइजमेंट कर रहा पर इहदे विच भी एक वक्री चीज़ आ वक्री चीज़ पता की आ कि जिन्ना भी हरमन ने काम किया भी वो काम नू आए नहीं कि अपने तरह का डिजाइन किया बजुर्गों नू पुछ पुछ के उन्होंने जमाने च किस तरह का सी जिथे बापू हुणी कहिंदे कि नहीं यार आ साडे जमाने का नहीं लगता तो फिर वो ढा दिंदा है ਢਾ ਕੇ ਨਵਾਂ ਐਡ ਆਨ ਕਰਦਾ ਬਹੁਤ ਕੁਝ ਚੀਜ਼ਾਂ ਜਿਹੜੀਆਂ ਹੋਗੀਆਂ ਬਿਲਕੁਲ ਬਾਪੂ ਹੁਣ ਵਾਲੇ ਜ਼ਮਾਨੇ ਵਾਲੀਆਂ ਕਰਦੇ ਹਾਂ ਹਾਂਜੀ ਹਾਂ ਪੁਰਾਣਾ ਸਟਾਈਲ ਹੀ ਜ਼ਿਆਦਾ ਤੇ ਲੋਕੇਸ਼ਨ ਅਪਡੇਟ ਬਹੁਤ ਕਰਤੀ ਯਾਰ ਹਾਂਜੀ ਹਾਂਜੀ ਜਿਹੜੇ ਵੀ ਬੰਦੇ ਕੋਹੇਨੂਰ ਆਪਾਂ ਕੋਹੇਨੂਰ ਲੋਕੇਸ਼ਨ ਤੇ ਆ ਤੇ ਜਿੰਨੇ ਵੀ ਕੋਹੇਨੂਰ ਲੋਕੇਸ਼ਨ ਨੂੰ ਦੇਖਣ ਵਾਲੇ ਬੰਦੇ ਉਹ ਸਾਰਿਆਂ ਨੇ ਕਹਿਣਾ ਕਿ ਨਹੀਂ ਯਾਰ ਇਹ ਹਰਮਨ ਵਾਲੀ ਲੋਕੇਸ਼ਨ ਨਹੀਂ ਤਾਂ ਕੋਈ ਹੋਰ ਹੈ ਕਿਉਂਕਿ ਜਿੰਨੇ ਵੀ ਬੰਦਿਆਂ ਨੇ ਪਹਿਲਾਂ ਵੇਖੀ ਆ ਉਹ ਤਾਂ ਸਾਰੇ ਸਰਪ੍ਰਾਈਜ਼ ਹੋ ਜਾਣਗੇ ਹਾਂਜੀ ਪਹਿਲਾਂ ਨਾਲੋਂ ਬਹੁਤ ਡਿਫਰੈਂਟ ਆ ਜੀ ਹਾਂ ਇਹ ਕਿੰਨਾ ਮੈਂ ਤਾਂ ਨਾ ਪਿਛਲੇ ਸਾਲ ਦੀ ਸਾਰੀ ਕਮਾਈ ਇੱਥੇ ਠੋਕਤੀ ਬਿਲਕੁਲ ਜੀ ਐਤਕੀ ਕਾਫੀ ਮਤਲਬ ਲੱਗ ਗਿਆ ਹੋਇਆ ਇਹਦੇ ਤੇ ਹਾਂਜੀ ਹਾਂਜੀ ਜੇ ਹਰਮਨ ਵੀ ਮਤਲਬ ਇੰਨੀ ਅਪਡੇਸ਼ਨ ਕਰਤੀ ਹੈ ਤਾਂ ਮਤਲਬ ਰੇਟ ਦੇ ਵਿੱਚ ਤਾਂ ਨਹੀਂ ਬਾਲੀ ਕਰਤੀ ਨਹੀਂ ਜੀ ਰੇਟ ਆਪਣਾ ਪਹਿਲਾਂ ਵਾਲੀ ਆ ਰੇਟ 'ਚ ਨਹੀਂ ਕੁਛ ਵੀ ਜ਼ਿਆਦਾ ਪਤਾ ਰੇਟ ਦਾ ਜੇ ਆਪਾਂ ਮਤਲਬ ਸਮਝੀਏ ਤਾਂ ਮੈਂ ਪਿਛਲੀ ਵਾਰ ਤਾਂ ਆਪਾਂ ਸਾਰੇ ਤਕਰੀਬਨ ਸਾਰੇ ਪੰਜਾਬ 'ਚ ਵੀ ਜੈਨੂਅਨ ਰੇਟ ਹਾਂਜੀ ਹਾਂਜੀ ਆਪਣਾ ਰੇਟ ਬਿਲਕੁਲ ਜੈਨੂਅਨ ਹੀ ਹੈ ਨਾ ਬਾਕੀ ਅਪਡੇਸ਼ਨ ਆਪਾਂ ਜ਼ਿਆਦਾ ਕਰਤੀ ਹੈ ਲੋਕੇਸ਼ਨ ਦੀ ਅਤੇ ਅਪਡੇਸ਼ਨ ਮਤਲਬ ਇੱਕ ਚੀਜ਼ ਆ ਜਿਹੜੀ ਆ ਸੈੱਟ ਆ ਇੰਨੇ ਬਣੇ ਹੋਏ ਇਹ ਤਾਂ ਆਪਾਂ ਨਾਲ ਦੀ ਨਾਲ ਦੇ ਰਹੇ ਹਾਂ ਬਿਲਕੁਲ ਜਿਹੜੀ ਚੀਜ਼ ਮਤਲਬ ਨਾਲ ਅਗਲੇ ਨੂੰ ਖਾਣੇ ਪਾਣੀ ਦਾ ਵੀ ਸਹੂਲਤ ਹਾਂਜੀ ਹਾਂ ਇੱਥੇ ਕੰਟੀਨ ਵਗੈਰਾ ਦਾ ਸਾਰਾ ਫਾਸਟ ਫੂਡ ਸਟੋਰ ਜੋ ਵੀ ਹੈ ਨਾ ਸਾਰੀ ਫੈਸਿਲਿਟੀ ਹੈਗੀ ਇੱਥੇ ਹਾਂਜੀ ਹਾਂ ਟੋਟਲ ਫੈਸਿਲਿਟੀ ਹੈ ਜਿੰਨੀ ਵੀ ਤੁਸੀਂ ਫੈਸਿਲਿਟੀ ਆ ਘੋੜੀਆਂ ਤੱਕ ਖਰਗੋਸ਼ ਤੱਕ ਬੱਕਰੀਆਂ ਤੱਕ ਭੇਡਾਂ ਤੱਕ ਕੁੱਤੇ ਤੱਕ ਹਰੇਕ ਚੀਜ਼ ਆ ਜਿਹੜੀ ਤੁਹਾਨੂੰ ਮਿਲ ਜਾਣੀ ਆ ਪਰ ਜਿਹੜਾ ਪੰਜਾਬੀ ਮਤਲਬ ਕਲਚਰ ਆ ਹਾਂਜੀ ਹਾਂ ਇਹ ਤੇ ਜ਼ਿਆਦਾ ਫੋਕਸ ਬਿਲਕੁਲ ਮਿਲ ਜਾਊਗਾ ਮੈਨੂੰ ਤਾਂ ਯਾਰ ਐਂ ਲੱਗਦਾ ਹੁੰਦਾ ਵੀ ਜੇ ਕਿਤੇ ਤੂੰ ਸਾਡੇ ਚੈਨਲਾਂ ਵਾਲਿਆਂ ਨੂੰ ਵੀ ਸੱਦਾ ਦੇਵੇਂ ਇੰਟਰਵਿਊਆਂ ਕਰਨ ਵਾਸਤੇ ਹਾਂਜੀ ਵੀ ਜਿਵੇਂ ਕਿ ਲੀਡਰ ਦੀ ਕਿਸੇ ਡਾਕਟਰ ਦੀ ਕਿਸੇ ਹੋਰ ਵੱਡੇ ਬੰਦੇ ਦੀ ਇੰਟਰਵਿਊ ਕਰਨੀ ਆ ਤੇਰੇ ਇੰਟਰਵਿਊ ਕਰਨ ਵਾਸਤੇ ਬਹੁਤ ਵਧੀਆ ਚੀਜ਼ ਆ ਤੌਰ ਕਰਕੇ ਬਿਲਕੁਲ ਜੀ ਬਿਲਕੁਲ ਆਉਂਦੇ ਵੀ ਹਾਂਜੀ ਹਾਂ ਇੱਥੇ ਇੰਟਰਵਿਊ ਕਰ ਲਈ ਇੰਟਰਵਿਊ ਕਰਨ ਉਹਨੇ ਇਹ ਯੂਟਿਊਬ ਵਾਲੇ ਪੈਸੇ ਬਣਾਉਂਦੇ ਹਨ ਤਾਂ ਪੈਸੇ ਲਿਆ ਕਰ ਬਿਲਕੁਲ ਜੀ ਜਾਂ ਕਿਆ ਕਰ ਘੱਟੋ ਘੱਟ ਯਾਰ ਸਾਡੀ ਐਡ ਪਾਇਆ ਕਰੋ ਵਿੱਚ ਹਨਾ ਵੀ ਘੱਟੋ ਘੱਟ ਥੱਲੇ ਲਿਖੋ ਵੀ ਕੋਈ ਨੂੰ ਲੋਕੇਸ਼ਨ ਤੇ ਫਰਮਾਈ ਆ ਕੋਹੇਨੂਰ ਹੁਣ ਤਾਂ ਇਹ ਲੋਕੇਸ਼ਨ ਵੀ ਯਾਰ ਭਾਲਣੀ ਬਹੁਤ ਸੌਖੀ ਆ ਹੁਣ ਤਾਂ ਸਿੱਧਾ ਕੋਹੇਨੂਰ ਲੋਕੇਸ਼ਨ ਬਿਲਕੁਲ ਆ ਜਾਂਦੀ ਉੱਪਰ ਪਾ ਦਿਓ ਮੇਰੇ ਕੋਲ ਅੱਜ ਤੇਰਾ ਫੋਨ ਬੰਦ ਮੇਰਾ ਫੋਨ ਬੰਦ ਸੀ ਹਾਂਜੀ ਤੇ ਮੈਂ ਉੱਤੇ ਕੋਹੇਨੂਰ ਲੋਕੇਸ਼ਨ ਬਰਨਾਲਾ ਪਾਤਾ ਆ ਜਾਂਦੀ ਹੈ ਜੀ ਉਹਦੇ ਨਾਲ ਗੂਗਲ ਤੇ ਹਾਂਜੀ ਗੂਗਲ ਤੇ ਹੈਗੀ ਆ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਜਿਹੜੀ ਇਹ ਲੋਕੇਸ਼ਨ ਆ ਨਾ ਗਾਹਕਾਂ ਲਈ ਤਾਂ ਮਤਲਬ ਪਹਿਲੀ ਪਸੰਦ ਹੈ ਹੀ ਹੈ ਸਭ ਤੋਂ ਵਧੀਆ ਗੱਲ ਹੈ ਵੀ ਫੋਟੋਗ੍ਰਾਫਰਾਂ ਦੀ ਵੀ ਪਹਿਲੀ ਪਸੰਦ ਆ ਫੋਟੋਗ੍ਰਾਫਰਾਂ ਦੀ ਪਹਿਲੀ ਪਸੰਦ ਹੋਣ ਦਾ ਜਿਹੜਾ ਕਾਰਨ ਆ ਉਹ ਮੇਨ ਇਹ ਆ ਵੀ ਫੋਟੋਗ੍ਰਾਫਰਾਂ ਲਈ ਉਹਨਾਂ ਦੇ ਲਈ ਖਾਸ ਪ੍ਰਬੰਧ ਉਹਨਾਂ ਦਾ ਸਮਾਨ ਰੱਖਣ ਲਈ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੇ ਨਾਲ ਉਹ ਬਹੁਤ ਵਧੀਆ ਰਹਿੰਦੀ ਆ ਮਤਲਬ ਫੋਟੋਗ੍ਰਾਫਰ ਜਿਹੜੇ ਬਾਈ ਹੋਣਾ ਨਾ ਵਿਚਰਦੇ ਆ ਹਰਮਨ ਹੋਣਾ ਨਾ ਉਹ ਤਾਂ ਇਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੇ ਆ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਫੋਟੋਗ੍ਰਾਫਰਾਂ ਦਾ ਸਭ ਤੋਂ ਵੱਧ ਖਿਆਲ ਬਾਈ ਹਰਮਨ ਹੋਣੀ ਆ ਜਿਹੜੇ ਰੱਖਦੇ ਆ ਆਪਦੇ ਕਿਸੇ ਵੀ ਮਿੱਤਰ ਨੂੰ ਫੋਟੋਗ੍ਰਾਫਰ ਨੂੰ ਇਹ ਪੁੱਛ ਕੇ ਦੱਸਿਓ ਪਰ ਨਾਲ ਦੀ ਨਾਲ ਫੋਟੋਗ੍ਰਾਫਰ ਨੂੰ ਮੈਂ ਦੱਸ ਦਿਆਂ ਕਿ ਤੁਹਾਡੇ ਪਸੰਦੀਦਾਰ ਹੋਰ ਵੀ ਚਾਰ ਪੰਜ ਚੀਜ਼ਾਂ ਉਹ ਤੁਹਾਨੂੰ ਦਿਖਾਉਂਦੇ ਆ ਪਿਛਲੇ ਪਾਸੇ ਕੰਟੀਨ ਕੰਟੀਨ ਤੋਂ ਤੁਹਾਨੂੰ ਖਾਣ ਨੂੰ ਤੁਹਾਡੇ ਖਾਣ ਪੀਣ ਦਾ ਸਾਰਾ ਕੁਛ ਬਹੁਤ ਵਧੀਆ ਮਿਲ ਜਾਣਾ ਇੱਧਰਲੇ ਪਾਸੇ ਜਿਹੜਾ ਸੈੱਟ ਬਣ ਗਿਆ ਇਹ ਬਿਲਕੁਲ ਨਵਾਂ ਆਹ ਮੇਰੇ ਹਿਸਾਬ ਨਾਲ ਇਸ ਵਾਰ ਪਹਿਲੇ ਵਾਰ ਦੇਖਣਗੇ ਜਿਹੜੇ ਨਵੇਂ ਬੰਦੇ ਆ ਹਾਂ ਇਹ ਨਿਊ ਬਣਾਇਆ ਜੀ ਹੁਣੇ ਆਪਾਂ ਹਾਂ ਹਲੇ ਖੁੱਲਾ ਬਹੁਤ ਹਾਂਜੀ ਹਾਂਜੀ ਬਿਲਕੁਲ ਖੁੱਲਾ ਬਹੁਤ ਉਹਦੇ ਵਿਚਾਲੇ ਝੀਲ ਬਣ ਗਈ ਹਾਂਜੀ ਹਾਂ ਤਕਰੀਬਨ ਟਾਈਪ ਹੈ ਜੀ ਹਾਂ ਤਕਰੀਬਨ ਆਪਣੇ ਕੋਲ ਝੀਲਾਂ ਟਾਈਪ ਵੀ ਆਪਣੇ ਕੋਲ ਦੋ ਬਣ ਗਈਆਂ ਹਾਂਜੀ ਉਧਰ ਵੱਡਾ ਪੂਲ ਹੋ ਗਿਆ ਇਹ ਇੱਕ ਰਿਵਰ ਟਾਈਪ ਹੋ ਗਿਆ ਆਪਣਾ ਅਸਲ ਦੇ ਵਿੱਚ ਤਿੰਨ ਹੀ ਬਣ ਗਈਆਂ ਹਾਂਜੀ ਇੱਕ ਉਧਰ ਨਿਕਲ ਜਾ ਵੀ ਹੈਗਾ ਹਾਂਜੀ ਬਿਲਕੁਲ ਹੈਨਾ ਹਾਂਜੀ ਤਿੰਨ ਹੈਗੀਆਂ ਇਧਰਲੇ ਪਾਸੇ ਦੀਆਂ ਐਂ ਲੰਘਿਆ ਸਾਰਾ ਦਿਖਾ ਦਈਏ ਬਾਈ ਬਹੁਤ ਸੋਹਣਾ ਬਣਿਆ ਇਹਦੇ ਵਿੱਚ ਲਾਇਬ੍ਰੇਰੀ ਟੈਪ ਦੁਕਾਨ ਇਹ ਹੈਗਾ ਇਟਲੀ ਇਟਲੀ ਦੀ ਸਟਰੀਟ ਹਾਂਜੀ ਹਾਂ ਇਟਲੀ ਦੇ ਵਿੱਚ ਹੈਗੀਆਂ ਸਿਟੀ ਉਹਦੇ ਵਿੱਚ ਮਤਲਬ ਘਰ ਆ ਜਿਹੜੇ ਸਾਰੇ ਉਹ ਨਦੀ ਦੇ ਵਿੱਚ ਹੀ ਆ ਰਿਵਰ 'ਚ ਅੱਛਾ ਹਾਂਜੀ ਹਾਂ ਵਿੱਚ ਦੀ ਰਿਵਰ ਲੰਘਦੀ ਆ ਅਤੇ ਸਾਈਡ 'ਤੇ ਮਤਲਬ ਇੱਦਾਂ ਬਣੇ ਹੋਏ ਆ ਹਾਂ ਇਹ ਅੱਛਾ ਉਹ ਸੇਮ ਲੁੱਕ ਹਾਂਜੀ ਹਾਂਜੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਹੋਏ ਆ ਜਾਓ ਉਹ ਤੁਹਾਡੇ ਬਹੁਤ ਕੰਮ ਦੀ ਆ ਆ ਜਾਓ ਤੁਹਾਨੂੰ ਇੱਕ ਚੀਜ਼ ਆਹ ਦਿਖਾਉਣੀ ਆ ਹਰਮਨ ਆਹ ਆਹ ਤਾਂ ਤੇਰੇ ਤੇਰਾ ਹੀ ਦਫ਼ਤਰ ਆ ਨਾ ਹਾਂਜੀ ਹਾਂ ਹੈਂ ਅਤੇ ਆਹ ਯਾਰ ਬਹੁਤ ਵਧੀਆ ਬਣਿਆ ਆਹ ਤਾਂ ਮੇਰਾ ਇਰਾਦਾ ਯਾਰ ਆਪਦੇ ਖੇਤ ਬਣਾਉਣ ਦਾ ਹੈ ਬਿਲਕੁਲ ਜੀ ਇਹ ਵੀ ਬਸ ਆਪਣੇ ਲਈ ਬਣਾਇਆ ਸਪੈਸ਼ਲੀ ਹਾਂਜੀ ਆਹੋ ਇਹ ਆਪਦੇ ਲਈ ਹੋਈ ਆ ਹਾਂਜੀ ਹਾਂ ਇਹ ਆਪਣੇ ਯਾਰ ਇੱਕ ਆਈਡੀਆ ਤੁਹਾਨੂੰ ਦਿੰਦਾ ਵੀ ਜੇ ਬਾਈ ਚਾਂਸ ਤੁਸੀਂ ਆ ਜਾ ਹਾਂ ਇਹਦੀ ਲਾਈਟ ਘੱਟ ਆ ਯਾਰ ਇੱਥੇ ਪ੍ਰੀਤ ਆ ਜਾਊਗੀ ਦੇਖ ਕੇ ਲਾਈਟ ਇਹਦੇ ਜੇ ਵਿੱਚ ਪਿਛਲੇ ਸਾਲ ਨਾਲੋਂ ਬਹੁਤ ਖੁੱਲ੍ਹਾ ਬਣ ਗਿਆ ਹਰਮਨ ਆਹ
हाँ जी ये काफ़ी ऐड करते हम रूम वगैरह बनाते होर सैट काफ़ी लाते हुए हाँ भी अगे इतने कला पूल ही सीगा हाँ जी कला पूल सी पूल दे नाल नाल इतने वो परले पासे हाँ बनाता इधरले पासे कमरे बनाते नाले ते कमरे नाल दी नाल दित्ते जांदे है ना बिल्कुल जी बिल्कुल चेंजिंग रूम हो गए ते उधरले पासे वो बनाते नाले फोटो किचन नु हो गए हां जी सेट बन गया ते नाल दी नाल ते एक होर भी इदे नाल फायदा हो गया भी खुला बहुत हो गया हां जी खुला लगन लग गया इतना वधिया है ना हां जी हां जी खुला बहुत हो गया पार्किंग पूर्किंग नु जगह हैगी है बहुत वधिया हां जी पार्किंग लिखा हरमन जी दसना होवे किसे नु ता मतलब सौखा जा एड्रेस वैसे ता बंदा कोहेनूर लोकेशन बरनाला लिख के है ना आई जाऊगा हां जी हां जी फिर भी जे मतलब सिखाला या फिर दसिए ता केड़े पिंड कोले किथे बरनाले दे 7 किलोमीटर आई जदों हां जी हां बरनाले आ गया ठीकरीवाल पिंड आ गया मेन जेड़ा मशहूर अपना ठीकरीवाल पिंड तो हैगा 3 किलोमीटर ठीक है जी मेन जे आपां मोगा साइड तो आणे आ तां इह बख्तगढ़ तो मतलब लिंक रोड आउंदी हैगी हां जी हां उत्थों 7 किलोमीटर है 7 किलोमीटर है सजणों कोहेनूर लोकेशन बरनाला तुसीं लिखोगे ना तां तुसीं तां भी इत्थे ही आ जाओगे बाकी नंबर स्क्रीन ते आ रेट बाई हुणां दा बहुत जेन्युइन रेट आ बहुत ही नरम बंदा तुसीं सारी वीडियो देख चुके आ ते बस एवं आ भी मतलब किसी नाल अड़न वाला तो उमें बंदा ही नहीं गा तुसी मतलब जिहड़ी वीडियो हुंदी है यार वो बहुत बहुत कुछ बंदे का बयान कर दिंदी आ ते तुसी देख ही चुके होवोगे सज्जनों कि बंदा किहो जिहा नरम बंदा प्यार करन वाला बंदा मुहब्बत बनाउण वाला बंदा तुहाडा परिवार तुहाडे च बैठण वाला बंदा है ते तुहाडे परिवार की सेफ्टी है इत्थे जदों मर्जी आओ कोई जवाब नहीं दिने आओ रात नूं आओ हाँ गर्मियां च इत्थे रखो पूल भी हैगा ते गर्मियां दे विच पूल इह प्रोफेशनली ਲੋਕਾਂ ਲਈ ਓਪਨ ਹਾਂਜੀ ਓਪਨ ਹੁੰਦਾ ਤੇ ਗਰਮੀਆਂ ਦੇ ਵਿੱਚ ਪੂਲ ਪਾਲ ਦੇ ਵਿੱਚ ਵੀ ਕਿਸੇ ਨੇ ਚੁੱਭੀ ਲਾਉਣੀ ਹੁੰਦੀ ਹੈ ਤਾਂ ਉਹ ਵੀ ਹਰਮਨ ਨੂੰ ਨੰਬਰ ਸਕਰੀਨਸ਼ਾਟ ਮਾਰ ਕੇ ਰੱਖ ਲਓ ਬਾਕੀ ਜੇ ਕਿਸੇ ਨੇ ਪ੍ਰੀ ਵੈਡਿੰਗ ਕਰਨੀ ਤਾਂ ਸਜਣੋ ਆ ਸਕਦੇ ਹੋ ਤੁਸੀਂ ਖੁੱਲ੍ਹਾ ਸੱਦਾ ਤੁਹਾਨੂੰ ਜਿਉਂਦੇ ਰਹੋ